ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲ ਦੀ ਟੀਮ ਗੋਰਾਸਰਾ ਸੇਵਕਰ ਜੋ ਪਿੰਡ ਬਾਘਾ ਦੇ ਵਿੱਚ ਲਾਇਆ ਜਾ ਰਿਹਾ, ਉਹਦੀ ਟੀਮ ਅੱਜ ਪਹੁੰਚੀ ਆ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੀ ਅੱਜ, ਜਿੱਥੇ ਕਿ ਇੱਕ ਲਾਲੀ ਬਾਬਾ ਜੀ ਤੁਹਾਨੂੰ ਅੱਜ ਮਿਲਾਉਂਦੇ ਹਾਂ। ਫੇਰ ਸਾਹਿਬ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਇੱਧਰ ਆ, ਇਹ ਬਰਾਂਡਾ ਆ, ਹੌਲ ਆ, ਉਹਦੇ ਵਿੱਚ ਇੱਥੇ ਪਏ ਆ। ਇੰਨੀ ਠੰਡ ਦੇ ਵਿੱਚ ਬਰਾਂਡੇ ਦੇ ਵਿੱਚ ਬਾਬਾ ਜੀ ਪਏ ਆ, ਬਰਾਂਡਾ ਆ ਇਹ। ਅਤੇ ਬਾਕੀ ਆਓ ਤੁਹਾਨੂੰ ਹਾਲਾਤ ਦਿਖਾਉਂਦੇ ਹਾਂ ਬਾਬਾ ਜੀ ਦੇ। ਚਲੀਏ ਬਾਬਾ ਜੀ, ਚਲੋ ਫਿਰ ਚਲੋ ਚਲੀਏ, ਹੈਂ ਚਲੋ ਚਲੀਏ। ਦਿਮਾਗੀ ਹਾਲਤ ਜਿੱਦਾਂ ਇਹਨਾਂ ਦੀ ਠੀਕ ਨਹੀਂ ਹੈਗੀ ਲਾਲੀ ਬਾਬਾ ਜੀ। ਇਹ ਇਹਨਾਂ ਦੇ ਬ੍ਰਦਰ ਆ, ਇਹ ਦੱਸਦੇ ਆ ਤੁਹਾਨੂੰ ਇਹਨਾਂ ਦੀ ਹਾਲਾਤ ਕਿੱਦਾਂ ਹੋਈ ਆ, ਕੀ ਇਹਨਾਂ ਦਾ ਘਰ ਦੇ ਵਿੱਚ ਇਹਨਾਂ ਦੀ ਘਟਨਾ ਵਾਪਰੀ, ਜਿਹੜੀ ਇਹਨਾਂ ਦੀ ਹਾਲਾਤ ਇਸ ਨੌਬਤ ਤੱਕ ਪਹੁੰਚ ਗਈ। ਤੁਸੀਂ ਦੇਖ ਸਕਦੇ ਹਾਂ ਕਿਵੇਂ ਇਹਨਾਂ ਦੀ ਦਾਲ ਹਰੇਕ ਟਾਈਮ ਮੂੰਹ 'ਚ ਪਾ ਕੇ ਰੱਖਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡੇ ਕੀ ਲੱਗਦੇ ਆ ਜੀ? ਕੀ ਬਣਿਆ ਜੀ ਇਹਨਾਂ ਦਾ ਹਾਲਾਤ ਕਿੱਦਾਂ ਹੋਇਆ ਜੀ? ਹਾਲਾਤ ਇਹ ਆ ਜੀ ਵੀ, ਹਾਂਜੀ, ਅੱਜ ਤੋਂ ਕੋਈ 4 ਸਾਲ ਪਹਿਲਾਂ, ਹਾਂਜੀ, ਤੁਹਾਨੂੰ ਕਰਮ ਪੇ ਘਰ ਕਰ ਦਿੱਤਾ ਗਿਆ ਕਿ ਅੱਛਾ ਜੀ, ਇੱਥੋਂ ਦੀ ਇਹ ਜਿਹੜੀ ਬੰਦੀ ਤਗੜੀ ਨੇ, ਅੱਛਾ ਜੀ, ਸਾਡੀ ਜਗ੍ਹਾ ਖੋਲੀ ਗਈ, ਅੱਛਾ ਜੀ, ਅਸੀਂ ਨਾਥ ਹੋ ਕੇ ਸੜਕਾਂ ਦੇ ਤੁਰੇ ਫਿਰਦੇ ਰਹੇ, ਅੱਛਾ ਜੀ, ਇਹਨੇ ਕੋਈ ਦਿਮਾਗ 'ਤੇ ਲਾਈ ਕੀ ਭਾਣਾ ਵਾਪਰਿਆ ਰੱਬ ਦਾ। ਅੱਛਾ ਜੀ, ਇਹ ਅੱਜ ਤੋਂ ਕੋਈ 2016 ਦੇ ਵਿੱਚ ਇਸੇ ਕੰਡੀਸ਼ਨ 'ਚ, ਅੱਛਾ ਜੀ, ਇੱਥੇ ਰੁਲਿਆ, ਰੋਟੀ ਪਾਣੀ ਤੋਂ ਹੀ ਤੰਗੀ, ਉੱਥੋਂ ਕਮੇਟੀ ਕਹਿੰਦੀ ਵੀ ਤੁਸੀਂ ਜਿੱਥੇ ਨਹੀਂ ਰੱਖਣਾ ਬਾਹਰ ਕਿਤੇ ਲੈ ਜਾਓ, ਇਹ ਬੱਸ ਅੱਡੇ ਦੇ ਵਿੱਚ ਰਿਹਾ, ਅੱਛਾ ਜੀ, ਇਸੇ ਹਾਲਤ ਵਿੱਚ। ਫਿਰ ਸਾਨੂੰ ਕੋਈ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਵੱਲੋਂ ਕਿਸੇ ਨੇ ਦੱਸਿਆ ਸਾਨੂੰ ਕਿ ਅੱਜ ਤੋਂ ਕੋਈ 1.5 ਸਾਲ ਪਹਿਲਾਂ ਵੀ ਇਹਨੂੰ ਲੈ ਕੇ ਗਏ ਸੀ, ਹਾਂਜੀ, ਉੱਥੇ ਇਹਨਾਂ ਨੇ ਜੋ ਵੀ ਇਹਦੀ ਦਵਾਈ ਦਾਰੂ ਸੇਵਾ ਪਾਣੀ ਕੀਤਾ, ਇਹ ਠੀਕ ਹੋ ਗਿਆ ਸੀ। ਉਸ ਤੋਂ ਬਾਅਦ ਇਹਨੂੰ ਲਿਆਂਦਾ ਗਿਆ ਫਿਰ ਇੱਥੇ, ਕਿਉਂਕਿ ਕੋਈ ਸੋਰਸ ਨਹੀਂ ਸਾਡੇ ਕੋਲ, ਤੁਹਾਡੇ ਕੋਲ ਰਹਿਣ ਦੇ ਘਰ ਪਰਿਵਾਰ ਨਹੀਂ ਹੈਗਾ, ਸਾਰਾ ਉਹਨਾਂ ਨੇ ਕਬਜ਼ਾ ਕਰ ਲਿਆ ਗਿਆ। ਹਾਂਜੀ, ਕਬਜ਼ਾ ਕਰ ਲਿਆ ਗਿਆ ਘਰ ਪ੍ਰੋਪਰਟੀ 'ਤੇ। ਇਹ ਪਹਿਲਾਂ ਕੀ ਕੰਮ ਕਰਦੇ ਸੀ? ਇਹ ਡੀਜ਼ਲ ਭੱਠੀਆਂ ਦਾ ਕੰਮ ਕਰਦਾ, ਗੈਸ ਚੁੱਲ੍ਹਿਆਂ ਦਾ ਕੰਮ, ਡੀਜ਼ਲ ਭੱਠੀਆਂ ਦਾ ਕੰਮ ਇਹ ਬਾਬਾ ਜੀ ਕਰਦੇ ਸੀ। ਕਿਸੇ ਟਾਈਮ ਇੰਨਾ ਵਧੀਆ ਹੱਥ ਇਹਨਾਂ ਦਾ ਸਾਫ਼ ਸੀ, ਡੀਜ਼ਲ ਭੱਠੀ ਆਪ ਖੁਦ ਸਾਡੇ ਸੇਵਾ ਘਰ 'ਚ, ਗੋਰਾਸਰਾ ਸੇਵਾ ਘਰ 'ਚ ਨਹੀਂ, ਆਪ ਖੁਦ ਆਪਣੇ ਹੱਥੀਂ ਤਿਆਰ ਕੀਤੀ ਸਾਡੇ ਕੋਲ ਆ। ਤਕਰੀਬਨ ਅੱਜ ਤੋਂ 1.5 ਸਾਲ ਪਹਿਲਾਂ ਅਸੀਂ ਬਿਲਕੁਲ ਠੀਕ ਕਰਕੇ ਇੱਥੇ ਭੇਜੇ ਸੀ। ਇਹ ਇਹਨਾਂ ਦੀ ਦਿਮਾਗੀ ਹਾਲਤ ਨਹੀਂ ਠੀਕ ਹੈਗੀ, ਦਵਾਈ ਚੱਲਦੀ ਰਹਿੰਦੀ ਆ, ਕਿਉਂਕਿ ਜਿੰਨੇ ਸਾਡੇ ਕੋਲ ਉੱਥੇ ਵੀਰ ਆ, ਪੇਸ਼ੈਂਟ ਆ, ਤਦੇ ਹੀ ਅਸੀਂ ਬਿਲਕੁਲ ਛੱਡਣ ਦਾ, ਤਕਰੀਬਨ 4-5 ਸਾਲ ਸਾਨੂੰ ਲੱਗਦੇ ਆ ਦਵਾਈ ਤਕਰੀਬਨ ਚੱਲੇ, ਫਿਰ ਹੀ ਰਿਜ਼ਲਟ ਮਿਲਦਾ ਆ। ਅਤੇ ਇਹਨਾਂ ਨੇ 1.5 ਸਾਲ ਪਹਿਲਾਂ ਠੀਕ ਕਰਕੇ ਬਿਲਕੁਲ ਠੀਕ ਠਾਕ ਇਹਨਾਂ ਦੇ ਬ੍ਰਦਰ ਜਾ ਕੇ ਲੈ ਆਏ ਸੀਗੇ, ਕਿਉਂਕਿ ਉਦੋਂ ਇਹ ਕਹਿੰਦੇ ਸੀ ਅਸੀਂ ਜਾਣਾ ਆ ਘਰ ਨੂੰ, ਲਾਲੇ ਬਾਬੇ ਮੈਨੂੰ ਭੇਜੋ, ਬਹੁਤ ਕਾਲੇ ਕਹਿੰਦੇ ਸੀ, ਮੈਂ ਨਹੀਂ ਰਹਿਣਾ ਇੱਥੇ, ਮੈਂ ਨਹੀਂ ਰਹਿ ਸਕਦਾ, ਹੈ ਨਾ, ਠੀਕ ਹੋ ਗਿਆ, ਮੈਂ ਆਪਣਾ ਘਰ ਵਰਕ ਅਤੇ ਉੱਥੇ ਮੈਂ ਕੰਮ ਕਰਕੇ ਰੋਟੀ ਖਾਣੀ ਆ, ਮੈਂ ਹੱਥੀਂ ਕਿਰਤ ਕਰਨੇ ਜਾਣਦਾ ਵੀ ਮੈਂ ਨਹੀਂ, ਹੈ ਨਾ, ਠੀਕ ਹੋ ਕੇ ਕਹਿੰਦੇ ਮੈਂ ਜਾਣਾ ਚਾਹੁੰਦਾ, ਅਤੇ ਅਸੀਂ ਭੇਜ ਦਿੱਤਾ ਸੀ 1.5 ਸਾਲ ਪਹਿਲਾਂ। ਅੱਜ ਫਿਰ ਹੁਣ ਗੁਰਦੁਆਰਾ ਸਾਹਿਬ ਬੇਰ ਸਾਹਿਬ ਦੇ ਵਿੱਚ ਇਹਨਾਂ ਨੂੰ ਅੱਜ ਲੈਣ ਆਏ ਹਾਂ। ਗੁਰਦੁਆਰਾ ਸਾਹਿਬ ਵਾਲੀ ਕਮੇਟੀ ਵੀ ਤੰਗ ਕਰ ਰਹੀ ਆ, SGPC ਸ਼੍ਰੋਮਣੀ ਕਮੇਟੀ ਕਹਿ ਰਹੀ ਵੀ ਇੱਥੋਂ ਲੈ ਕੇ ਜਾਓ ਜਿੱਦਾਂ ਮਰਜ਼ੀ, ਇੱਥੇ ਨਹੀਂ ਅਸੀਂ ਰਹਿਣ ਦੇਣਾ, ਕਿਉਂਕਿ ਦਿਮਾਗੀ ਹਾਲਤ, ਦਵਾਈ ਕਿਸੇ ਨੇ ਨਹੀਂ ਦਵਾਉਣੀ,
ਦਵਾਈ ਅੱਜ ਇਹਨਾਂ ਨੂੰ ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗੇ, ਦਵਾਈ ਦਵਾਈ ਜਾਵੇ ਤਾਂ ਬਿਲਕੁਲ ਠੀਕ ਹੋ ਜਾਣਗੇ, ਪਰ ਦਵਾਈ ਨਹੀਂ ਕਿਸੇ ਨੇ ਦਵਾਉਣੀ। ਤੁਸੀਂ ਹਾਲਾਤ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਵਾਲੇ ਕੀ ਕਹਿ ਰਹੇ, ਕਮੇਟੀ ਕੀ ਕਹਿ ਰਹੀ ਹੈ, ਲੈ ਕੇ ਜਾਓ ਜੀ ਬਸ ਇੱਥੋਂ ਪੈਣ ਤੋਂ ਕਹਿੰਦੇ ਆ ਵੀ ਇੱਥੇ ਗੰਦ ਪੈਂਦਾ, ਗਲਾਰਾ ਪੈਂਦਾ ਇੱਥੋਂ ਜਾਤ ਨੂੰ ਅਤੇ ਹੋਰ। ਅੱਛਾ, ਰੋਟੀ ਪਾਣੀ ਦੇਈ ਜਾਂਦੇ ਆ? ਰੋਟੀ ਪਾਣੀ ਤਾਂ ਆਹੀ ਬਸ ਜਿਹੜਾ ਗੁਰੂ ਦਾ ਲੰਗਰ ਗਿਆ ਉਹਨਾਂ ਨੇ ਦੇ ਰੋਟੀ। ਅੱਛਾ, ਅਤੇ ਕਮਰਾ ਕੁਮਰਾ ਨਹੀਂ ਦਿੱਤਾ? ਇੱਥੇ ਬਾਹਰ ਠੰਡ ਦੇ ਵਿੱਚ ਪਏ ਹੋਏ ਆ, ਕਿੰਨੀ ਧੁੰਦ ਆ। ਹਾਂਜੀ, ਇੱਦਾਂ ਹੀ ਖੁੱਲ੍ਹੇ ਮੈਦਾਨ 'ਚ ਹੀ ਸਰਾਂ ਦੇ ਬਰਾਂਡੇ 'ਚ ਬਰਾਂਡੇ 'ਚ ਹੀ ਆ, ਕੋਈ ਕਮਰਾ ਵੀ ਨਹੀਂ ਇੱਦਾਂ ਸਾਈਡ 'ਤੇ ਖੋਲ੍ਹ ਸਕਦੇ। ਦੇਖੋ ਕਿੰਨੇ ਅਣਗਿਣਤ ਕਮਰੇ ਜਿੰਦੇ ਲੱਗੇ ਹੋਏ, ਲੋਕ ਲੱਗੇ ਹੋਏ, ਬੰਦਾ ਇੱਕ ਕਮਰਾ ਕੋਈ ਖੁੱਲ੍ਹਾ ਕੋਈ ਬਾਥਰੂਮ ਅਟੈਚ ਦੇ ਦੇਣ, ਪਰ ਨਹੀਂ ਉਹ ਨਹੀਂ ਦਿੱਤੇ ਨਾ, ਹੈ ਨਾ। ਨਹੀਂ ਨਹੀਂ, ਦੇਖੋ ਦੇਖੋ ਇਹ ਹਾਲਾਤ ਆ ਸਾਡੇ, ਕਿੰਨਾ ਇੱਥੇ 550 ਸਾਲਾਂ ਗੁਰੂ ਸਾਹਿਬ ਦਾ ਅਸੀਂ ਮਨਾ ਕੇ ਹਟੇ ਹਾਂ, ਲੱਖਾਂ ਕਰੋੜਾਂ ਰੁਪਈਆ ਲਾ ਦਿੱਤਾ ਗਿਆ 550 ਸਾਲਾਂ 'ਤੇ, ਮਹਿੰਗੇ ਲੰਗਰ ਲਾ ਦਿੱਤੇ ਗਏ, ਪੀਜੀਆਂ ਦੇ ਬਰਗਰਾਂ ਦੇ ਲੰਗਰ ਲਾ ਦਿੱਤੇ ਗਏ, ਪਰ ਜੇ ਅਸੀਂ ਲਵਾਰਸ ਨਾਥ ਜਿਹਨੂੰ ਦਵਾਈ ਦਿਮਾਗ ਦੀ ਕਿਸੇ ਦੀ ਦਵਾਉਣੀ ਹੋਵੇ ਉਹ ਨਹੀਂ ਕਿਸੇ ਨੇ ਦਵਾਉਣੀ। ਆਹ ਹਾਲਾਤ ਆ ਸਾਡੀ ਕੌਮ, ਸਾਡੇ ਜਿਹੜੇ ਕੌਮ ਦੀ ਇੱਕ ਬਹੁਤ ਵੱਡੀ ਸੰਸਥਾ ਜਿਹੜੀ ਹੈ SGPC ਸ਼੍ਰੋਮਣੀ ਕਮੇਟੀ, ਕੀ ਉਹਨਾਂ ਨੂੰ ਨਹੀਂ ਦੀਦਾ? ਇੱਥੇ ਇੱਥੇ ਸਾਰੇ ਆਉਂਦੇ ਨਹੀਂ, ਉਹ ਸਭ ਆਉਂਦੇ ਆ, ਲਾਗਿਓਂ ਦੀ ਲੰਘੀ ਜਾਂਦੇ ਆ, ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਕੋਈ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ, ਇਹਦੀ ਦਵਾਈ ਦਵਾ ਦਈਏ ਯਾਰ। ਆਹ ਹਾਲਾਤ ਸਾਡੇ ਬਣ ਚੁੱਕੇ ਹੁਣ, ਬਹੁਤ ਹਾਲਾਤ। ਲਾਲੀ ਬਾਬਾ ਜੀ ਕੀ ਗੱਲ ਆ, ਕੀ ਪ੍ਰੋਬਲਮ ਆ ਤੁਹਾਨੂੰ, ਦੱਸੋ, ਚਲੀਏ ਫਿਰ, ਕੀ ਹੁੰਦਾ ਕੀ ਆ, ਦੱਸੋ ਕੀ ਹੁੰਦਾ? ਅੰਦਰ ਖੋ ਪਈ ਜਾਂਦੀ, ਖੋ ਪਈ ਜਾਂਦੀ, ਰੋਟੀ ਇੱਕ ਨਹੀਂ ਖਾਧੀ ਜਾਂਦੀ। ਅੱਛਾ, ਅੰਦਰ ਹੀ ਵਾੜ ਪਈ ਜਾਂਦੀ ਆ। ਅੱਛਾ ਜੀ, ਅੰਦਰ ਵਾੜ ਪਈ ਜਾਂਦੀ, ਅੰਦਰ ਖੋ ਪਈ ਜਾਂਦੀ ਮੈਨੂੰ। ਇਹ ਸਾਰੀ ਰਾਤ ਹੋਈ, ਰਾਤ ਹੋਈ, ਦਿਨੇ ਵੀ 24 ਘੰਟੇ ਮੈਂ ਦਾਲ ਖਾਂਦਾ ਰਹਿੰਦਾ, ਰੋਟੀ ਇੱਕ ਨਹੀਂ 24 ਦਾਲ ਦੇ ਆ ਡੋਲੂ, ਆ ਵੀ ਡੋਲੂ ਭਰਿਆ, ਆ ਵੀ ਡੋਲੂ ਭਰਿਆ, ਦਾਲ ਬਾਬਾ ਦਾਲ ਦਾਲ ਦਿਖਾ ਕਿਹੜੀ ਕਿਹੜੀ, ਆਹ ਦੇਖੋ ਇਹ ਦਾਲਾਂ ਭਰ, ਪਰ ਦਾਲ ਹੀ ਖਾਣੀ ਆ ਨਾ, ਦਾਲ ਹੀ ਖਾਣਾ, ਆਹ ਵੇਖ ਲਓ, ਆਹ ਕਰ ਲਓ ਦਾਲਾਂ ਦੀ ਭਰ ਭਰ ਵਿੱਚ ਤਾਂ ਪੂਰੀ ਰੱਖੀ ਗਈ ਆ ਡੋਲੂ ਪੀ ਜਾਣੀ, ਜਿੱਦਾਂ ਦੇ ਜਿੱਲਾਂ ਦੇ ਅਸੀਂ ਆਏ ਹਾਂ ਡੋਲੂ ਅੱਧਾ ਖਤਮ ਕਰ ਦਿੱਤਾ ਗਿਆ ਦਾਲ ਦਾ, ਵੀ ਮਤਲਬ ਇਹਨਾਂ ਨੂੰ ਇਹ ਪ੍ਰੋਬਲਮ ਆ ਵੀ ਮੈਂ ਜੇ ਮੂੰਹ 'ਚੋਂ ਕੁਛ, ਮੇਰਾ ਮੂੰਹ ਵਿਹਲਾ ਹੋ ਗਿਆ, ਜੇ ਮੈਂ ਦਾਲ ਕੱਢਤੀ, ਜੇ ਮੈਂ ਰੋਟੀ ਨਾ ਖਾਧੀ, ਪਹਿਲਾਂ ਜਦੋਂ ਅਸੀਂ ਲੈ ਗਏ ਉਹਦੇ 5-5 ਰੋਟੀਆਂ ਮੂੰਹ 'ਚ ਰੱਖਦੇ ਸੀਗੇ, ਹੁਣ ਇਹ ਦਾਲ ਪੀ ਜਾਂਦੇ ਆ, ਵੀ ਜੇ ਮੈਂ ਦਾਲ ਜਾਂ ਮੂੰਹ ਮੇਰਾ ਵਿਹਲਾ ਰਹਿ ਗਿਆ ਮੈਨੂੰ ਕੁਛ ਹੋ ਜਾਣਾ, ਇਹਨਾਂ ਨੇ ਦਿਮਾਗੀ ਤੌਰ 'ਤੇ ਇੱਦਾਂ ਇਹਨਾਂ ਦੇ ਹੈਗਾ ਪ੍ਰੋਬਲਮ। ਅਤੇ ਪਹਿਲਾਂ ਦਵਾਈ ਚੱਲੀ ਸੀ ਸਾਡੇ ਕੋਲ ਬਿਲਕੁਲ ਠੀਕ ਹੋ ਚੁੱਕੇ ਸੀ, ਅੱਜ ਫਿਰ ਉਸੇ ਕੰਡੀਸ਼ਨ ਜਿੱਦਾਂ ਅਸੀਂ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਲੈ ਕੇ ਗਏ ਸੀ ਉਸੇ ਹਾਲਾਤ ਦੇ ਵਿੱਚ ਪਹੁੰਚ ਚੁੱਕੇ ਆ, ਉਦੋਂ ਅਸੀਂ ਸੜਕ ਤੋਂ ਲੈ ਕੇ ਗਏ ਸੀ, ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੈ ਗਏ, ਉਦੋਂ ਤੋਂ ਅਸੀਂ ਕਹਿੰਦੇ ਸੀ ਸੜਕ ਦੇ ਉੱਪਰ ਪਏ ਆ, ਚੱਲ ਕਿਸੇ ਨੂੰ ਦੀਦੇ ਨਹੀਂ ਹੈਗੇ, ਹੈ ਨਾ, ਦਿਖਾਈ ਨਹੀਂ ਦਿੰਦੇ, ਕੋਈ ਲਾਗਿਓਂ ਦੀ ਲੰਘੀ ਜਾਂਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਅਨੇਕਾਂ ਪਏ ਹੋਊਗਾ ਸੜਕਾਂ ਦੇ ਉੱਪਰ, ਪਰ ਇੱਕ ਗੁਰਸਿੱਖ, ਇੱਕ ਸਰਦਾਰ, ਇੱਕ ਜਿਹੜੇ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਦਾਂ ਰੁਲੇ, ਅਤੇ ਬਹੁਤ ਸਾਡੇ ਲਈ ਸ਼ਰਮ ਵਾਲੀ ਗੱਲ ਆ, ਸਾਡੇ ਸਾਰਿਆਂ ਲਈ, ਵੀ ਅਸੀਂ ਹੁਣੇ 550 ਸਾਲਾਂ ਮਨਾ ਕੇ ਹਟੇ ਹਾਂ, ਪੀਜੀਆਂ ਬਰਗਰਾਂ ਦੇ ਲੰਗਰ, ਮਤਲਬ ਦੱਸਦੇ ਆ ਵੀ ਇੱਦਾਂ ਉੱਥੇ ਹੇੜ ਪਈ ਸੀ ਵੀ ਲੋਕ ਜਿੱਦਾਂ ਕਦੀ ਦੇਖੇ ਨਹੀਂ ਹੁੰਦੇ ਲੰਗਰ ਪੀਜੇ ਬਰਗਰਾਂ ਦੇ, ਕਰੋੜਾਂ ਰੁਪਈਆ ਲਾ ਦਿੱਤਾ ਗਿਆ ਸੀ, ਕੋਈ ਇੱਥੇ ਚੱਜ ਦਾ ਹੋਸਪਿਟਲ ਨਹੀਂ ਬਣਾਇਆ ਗਿਆ, ਕੀ ਕੀਤਾ ਸੀ 550 ਗੁਰੂ ਸਾਹਿਬ ਦੇ, ਵੀ ਚਲੋ ਇੱਕ ਹੋਸਪਿਟਲ ਹੀ ਬਣਾ ਦਿੱਤਾ ਜਾਂਦਾ, ਸਿੱਖ ਕੌਮ ਨੂੰ ਦੇ ਦਿੱਤਾ ਜਾਂਦਾ ਜਿੱਥੇ ਫਰੀ ਇਲਾਜ ਹੁੰਦਾ, ਆਮ ਬੰਦੇ ਗਰੀਬ ਦੇ ਇਲਾਜ ਦੁੱਖੋਂ ਬਾਹਰ ਹੋ ਰਿਹਾ ਆ, ਇੰਨੇ ਮਾੜੇ ਹਾਲਾਤ ਬਣਦੇ ਜਾ ਰਹੇ ਆ ਸਾਡੇ, ਤੁਸੀਂ ਦੇਖ ਸਕਦੇ ਹੋ ਦਾਲਾਂ ਦੇ ਭਰ ਕੇ ਡੋਲੂ। ਚਲੀਏ ਬਾਬਾ ਜੀ, ਚਲੋ ਫਿਰ,
ਚਲੋ ਆ ਜਾ ਰਹਿਣ ਦੋ, ਹੁਣ ਆਪਾਂ ਕਰ ਲਾਂਗੇ ਬਾਅਦ ਦੇ ਵਿੱਚ। ਦਵਾਈ ਲੈ ਆਈਏ ਪਹਿਲਾਂ, ਦਵਾਈ ਲੈ ਆਈਏ, ਦਵਾਈ ਲੈ ਆਈਏ। ਜੈਕਟ ਲਿਆਉਣੀ, ਜੈਕਟ ਹੋਰ ਪਾਉਣੀ, ਜੈਕਟ ਲਿਆ, ਜੈਕਟ ਲਿਆ, ਜੈਕਟ ਪਾ ਲਈਏ ਬਾਬਾ ਜੀ ਹੋਰ। ਨਹੀਂ ਇਹ ਰੱਖਦਾ ਨੀ, ਮੈਂ ਰੱਖਦਾ ਨੀ, ਕੋਈ ਨੀ ਮੈਂ ਰੱਖਦਾ ਨੀ, ਰੱਖੂਗਾ ਅਰ ਰੱਖਦਾ ਨੀ, ਰੱਖਦਾ ਮੁੰਡਿਆ ਰੱਖਦਾ ਨੀ, ਤੂੰ ਨਾ ਟੈਨਸ਼ਨ ਲੈ, ਤੂੰ ਇੱਦਾਂ ਕਰ, ਜੈਕਟ ਲਾ ਪਹਿਲਾਂ, ਜੈਕਟ ਲਾ, ਜੈਕਟ ਪਹਿਲਾਂ ਸਾਫ਼ ਕਰ, ਉਹ ਪਰਨਾ ਆ ਪਰਨਾ ਲਿਆ, ਪਰਨੇ ਨੂੰ ਸਾਫ਼ ਕਰ, ਆਪਣੇ ਮੂੰਹ ਸਾਫ਼ ਕਰ, ਮੂੰਹ ਸਾਫ਼ ਕਰ, ਹਾਂ ਮੂੰਹ ਸਾਫ਼ ਕਰ, ਮੂੰਹ ਸਾਫ਼ ਕਰ, ਮੂੰਹ ਮੂੰਹ ਵੀ ਸਾਫ਼ ਕਰ ਲੈਣਾ ਬਾਬਾ, ਪਰਨਾ ਲਿਆ ਜੈਕਟ ਲਾ ਦੇ, ਆਹ ਪਾ ਜੈਕਟ, ਨਹੀਂ ਨਹੀਂ ਉਹ ਲਾ ਲੈਣੀ ਆਪਾਂ, ਆਪਾਂ ਹੋਰ ਆਪਾਂ ਹੋਰ ਹੀ ਪਾ ਲੈਣੀ ਆ, ਉੱਥੇ ਡਾਕਟਰਾਂ ਦੇ ਜਾਣਾ ਆ, ਹੋਸਪਿਟਲ ਵੱਡੇ ਹੋਸਪਿਟਲ ਜਾਣਾ ਆਪਾਂ, ਤੇ ਉੱਥੇ ਇੱਦਾਂ ਥੋੜਾ ਜਾ ਆਉਣਾ, ਉੱਥੇ ਡਾਕਟਰਾਂ ਨੇ ਕਹਿਣਾ ਬਾਹਰ ਜਾਓ, ਆਪਾਂ ਨੂੰ ਜੈਕਟ ਜੂਟ ਪਾਉਣੀ ਪੈਣੀ ਆ, ਆਹ ਵੀ ਪਾਓ, ਆਹ ਵੀ ਪਾਓ, ਆਹ ਪਾਓ ਪਹਿਲਾਂ, ਆਹ ਪਾਓ, ਆਹ ਪਾਓ, ਕੋਈ ਨੀ ਕੋਈ ਨੀ, ਰੱਖ ਲੈਣੀ, ਰੱਖ ਲੈਣੀ ਆ, ਰੱਖ ਲੈਣੀ, ਆਹ ਪਾ ਲਾਂਗੇ, ਆਹ ਲਾ ਲਓ, ਆਹ ਵੀ ਲਾ ਲਓ, ਗਿੱਲੀ ਹੋਈ ਆ, ਦਾਲ ਤਾਂ ਅਸੀਂ ਕੋਈ ਕੋਈ ਦੇਈ ਜਾਣੀ, ਦੇਈ ਜਾਣੀ ਦਾਲ ਅਸੀਂ ਤੁਹਾਨੂੰ, ਰਾਹੀਂ ਤੇ ਦੇਈ ਜਾਣੀ ਦਾਲ ਤੁਹਾਨੂੰ, ਇਹ ਕੀ ਆ ਦਵਾਈ, ਲੈ ਦਵਾਈ ਆਪਾਂ ਇਹ ਵੀ ਹੈਗੀ, ਇਹ ਵੀ ਦਿਖਾ ਦਾਂਗੇ ਡਾਕਟਰ ਨੂੰ ਉੱਥੇ, ਵੀ ਡਾਕਟਰ ਸਾਹਿਬ ਇਹ ਵੀ ਬਦਲ ਕੇ ਚੇਂਜ ਕਰਕੇ ਦੇਣਗੇ ਨਾ, ਇਹਨਾਂ ਆਰਾਮ ਨਹੀਂ ਆਇਆ ਤੁਹਾਨੂੰ, ਹੋਰ ਬਦਲ ਕੇ ਦੇਣਗੇ ਉਹ, ਹਾਂ ਕੋਈ ਗੱਲ ਨਹੀਂ, ਇਹ ਕਾਹਦੀ, ਇਹ ਬਾਬਾ ਜੀ ਹਜੇ ਤੱਕ ਰੁਕ ਜਾਓ, ਪਹਿਲਾਂ ਦਾਲ ਖਵੀ ਲਓ ਫੇਰ ਖਾਓ ਦਵਾਈ, ਚਲੋ ਆਪਾਂ ਬਦਲ ਕੇ ਲਿਆਉਣੀ ਆ ਉੱਥੇ ਹੋਰ, ਹਾਂਜੀ ਮਾਂ ਜੀ ਪੁੱਛੋ, ਹਾਂਜੀ ਪੈਂਟੀ ਆਓ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਇੱਥੇ ਹੀ ਰਹਿੰਦੇ ਬਾਬਾ ਜੀ, ਇੱਥੇ ਸਫਾਈ ਵੀ ਕਰ ਜਾਂਦੇ, ਕੀ ਹਾਲਾਤ ਹੈ ਇਹਨਾਂ ਦੇ ਜਦੋਂ ਇੱਥੋਂ ਲੰਘਦੇ ਬੜੇ ਤੁਸੀਂ ਦੇਖ, ਹਾਂਜੀ ਰਹਿੰਦੇ ਆ, ਜਦੋਂ ਇਹ ਵਾਪਸ ਵੀ ਜਾਂਦੇ ਆ, ਹਾਂ ਇਹ ਲੈਟਰਿੰਗ ਉਲਟੀਆਂ ਕਰ ਦਿੰਦੇ ਆ, ਪਹਿਲਾਂ ਠੀਕ ਸੀ ਕਰਕੇ ਭੇਜਿਆ ਸਾਡੇ ਕੋਲ, ਅਸੀਂ ਬਿਲਕੁਲ ਠੀਕ ਕਰਕੇ ਭੇਜਿਆ ਸੀ, ਮਤਲਬ ਐਨ ਸੇਵਾ ਮਤਲਬ ਪੂਰੀ ਹੋਈ ਆ, ਐਨ ਦਿਮਾਗੀ ਤੌਰ ਤੇ ਪਰੇਸ਼ਾਨ ਆ, ਇਹਨਾਂ ਨੂੰ ਦਿਮਾਗ ਦੀ ਦਵਾਈ ਚਾਹੀਦੀ ਲੋੜ ਆ, ਤਾਂ ਫਿਰ ਇੱਥੇ ਇੱਥੇ ਹੀ ਰਹਿੰਦੇ ਆ, ਕਮਰਾ ਕੁਮਰਾ ਨਹੀਂ ਦਿੱਤਾ ਗੁਰਦੁਆਰਾ ਸਾਹਿਬ 'ਚ, ਚਲੋ ਬੰਦਾ ਕਮਰਾ ਹੀ ਦੇ ਦਿੰਦਾ, ਹਾਂਜੀ ਨਹੀਂ ਬੰਦਾ ਚਲੋ ਕਮੇਟੀ
ਨਹੀਂ ਜੀ ਇੱਥੇ ਰਹਿੰਦੇ ਆ, ਦੱਸ ਦਿਨ ਉਹਨਾਂ ਦਾ ਸਾਲ ਹੋ ਗਿਆ ਸਾਡੇ ਇੱਥੇ ਇੱਥੇ ਹੀ ਰਹਿੰਦੇ, ਬੰਦਾ ਇੱਕ ਕਮਰਾ ਖੋਲਦਾ ਸਿਆਲ ਮਹੀਨਾ ਜੀ ਕਿੰਨੀ ਠੰਡ ਆ, ਬਾਹਰ ਬੰਦਾ ਇੱਕ ਮਿੰਟ ਨਹੀਂ ਨੰਗੇ ਪੈਰੀ ਵੀ ਰਹਿ ਨਹੀਂ ਸਕਦਾ, ਇਹ ਤਾਂ ਨੰਗੇ ਪੈਰੀ ਤੁਰੇ ਫਿਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਨਾ ਲੱਗਦਾ ਇਸ ਟਾਈਮ ਦਿਮਾਗੀ ਹਾਲਤ ਨਹੀਂ ਠੀਕ ਹੈਗੀ। ਚਲੋ ਆ ਪਾਓ ਬਾਬਾ ਜੀ ਹੁਣ ਮੂੰਹ ਪੂੰਝ ਲਓ ਇੱਕ ਵਾਰੀ, ਫਿਰ ਨਹੀਂ ਤਾਂ ਫਿਰ ਬੀਜ ਵੀ ਖਰਾਬ ਹੋਣੀ, ਉੱਥੇ ਡਾਕਟਰਾਂ ਨੇ ਗੱਲ ਨਹੀਂ ਕਰਨੀ, ਫਿਰ ਡਾਕਟਰ ਤੁਹਾਨੂੰ ਪਤਾ ਹੀ ਆ, ਉਹ ਨਹੀਂ ਕਹਿਣਾ ਸਾਫ ਕਰਕੇ ਲਿਆਓ, ਕੀ ਲੈਣਾ ਆ ਤੇ ਪਰਨਾ ਫਿਰ ਤੇ ਲਾ ਲਓ, ਹਾਲ ਉੱਪਰ ਲਾ ਲਓ ਕਰਨਾ, ਹਾਲ ਲਾ ਲਓ, ਹਾਲ ਹਾਲ ਇਹਨਾਂ ਨਾਲ ਕਰ, ਕੋਈ ਨੀ ਹੋਰ ਦੇ ਦੇਣਾ ਪਰਨਾ, ਹਾਲ ਪਰਨਾ ਅੰਦਰ ਆਪਣੀ ਕੋਲ ਚਲੋ ਆਪ ਆਪ ਹੁਣ ਤਾਂ ਪਤਾ ਲੱਗਾ ਸਾਡਾ ਫੇਰ ਮਨ ਖਰਾਬ ਹੋਇਆ, ਇੱਥੋਂ ਫੋਟੋ ਭੇਜੀ ਵੀ ਅਸੀਂ ਕਿੱਦਾਂ ਦੇ ਭੇਜੇ, ਫੇਰ ਉਹੀ ਹਾਲਾਤ ਹੋ ਗਏ ਕਿਉਂਕਿ ਅਸੀਂ ਦੱਸਿਆ ਸੀ ਇਹਨਾਂ ਦੀ ਦਵਾਈ ਚੱਲਦੀ ਰਹਿਣੀ ਆ, ਜੇ ਦਵਾਈ ਬੰਦ ਹੋ ਗਈ ਇਹਨਾਂ ਦੀ ਹਾਲਾਤ ਫੇਰ ਉਸੇ ਕੰਡੀਸ਼ਨ ਚੱਲ ਜਾਣਾ, ਪਰ ਦਵਾਈ ਹੁਣ ਕਿਸੇ ਨੇ ਖਿਲਾਈ ਨੀ ਜੀ ਤਾਂ ਫੇਰ ਉਸੇ ਕੰਡੀਸ਼ਨ ਚ ਆ ਗਏ, ਜਿਹੜੀ ਦਿਮਾਗ ਦੀ ਦਵਾਈ ਚੱਲਦੀ ਹੈ ਲੰਮਾ ਚੱਲਦੀ ਹੈ ਜੀ, ਜੇ ਬੰਦ ਅਸੀਂ ਕਰ ਦਈਏ ਨਾ ਤਾਂ ਫਿਰ ਉਸੇ ਕੰਡੀਸ਼ਨ ਜਿੱਥੇ ਪੁਰਾਣੀ ਚੱਲਦੀ, ਟੈਨਸ਼ਨ ਦੀ ਗੋਲੀ ਦੇ ਦੋ ਬਸ, ਟੈਨਸ਼ਨ ਦੀ ਗੋਲੀ ਲਓ, ਫੜੋ ਪਾਓ 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 ਪਾਓ, ਚਲੀਏ 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 ਜਲਦੀ ਕਰੋ ਇੱਧਰ ਹੀ, ਹਾਂ ਦਾਲ ਰੱਖ ਲੈਣੀ, ਦਾਲ ਰੱਖ ਲੈਣੀ ਬਾਬਾ ਜੀ, ਦਾਲ ਰੱਖ ਲੈਣੀ, ਮੈਂ ਰੱਖ ਲੈਣੀ, ਮੈਂ ਰੱਖ ਲੈਣੀ, ਚਲੋ 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 ਮੈਂ ਰੱਖ ਲੈਣੀ, ਭਰਾ ਲੈਣੀ ਆ, ਮੇਰੀ ਗੱਲ ਤਾਂ ਸੁਣੋ, ਭਰਾ ਲੈਣੀ ਆ ਤੁਸੀਂ ਪਾਓ ਤੁਸੀਂ ਭਰਾਓ, ਚਲੋ ਦਾਲ ਪਵਾ ਲੈਣੀ, ਪਵਾ ਲੈਣੀ, ਪਵਾ ਲੈਣੀ, ਪਵਾ ਲੈਣੀ, ਬਟਨ ਲਾਓ, ਮੈਂ ਸਾਡੇ ਉੱਥੇ ਭੱਠੀ ਬਣਾਈ ਆ ਜੀ ਗੈਸ ਵਾਲੀ, ਬਣਾ ਕੇ ਆਏ ਸਾਨੂੰ ਯਾਦ ਦੇ ਕੇ ਆਏ ਭੱਠੀ ਬਣਾਉਣੇ, ਹਾਂਜੀ ਪਰ ਨਹੀਂ ਲਾ ਲੋ ਬਾਬਾ ਜੀ, ਮੰਨ ਲਓ ਮੈਂ ਗੰਦਾ ਆ ਉੱਥੇ ਡਾਕਟਰਾਂ ਨੇ ਨਹੀਂ ਕਰਨਾ ਇਲਾਜ ਕਰਨਾ, ਫਿਰ ਮੰਨ ਨਹੀਂ ਕੋਈ ਨੀ ਕੋਈ ਨੀ ਲਾਓ ਤੁਸੀਂ ਗੱਲੀ ਜਾਓ, ਲਾਓ 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 ਕੀ ਆ ਜੇ ਕੱਢ ਦਿੰਦੇ ਅਸੀਂ ਕੱਢ ਦਿੰਦੇ, ਖਰਾਬ ਹੀ ਖਰਾਬ ਹੋਰ ਕੀ ਕਰਾਂਗਾ, ਭਰਾ ਕੇ ਲਿਆਓ ਡੱਬੇ ਬਾਬਾ
ਬਾਬਾ ਜੀ ਉੱਥੇ ਡਾਕਟਰ ਤੇ ਜਾਣਾ, ਫਿਰ ਮੁੜ ਕੇ ਅਸੀਂ ਛੱਡ ਜਾਣਾ, ਫਿਰ ਮੁੜ ਕੇ ਦਵਾਈ ਲਿਆ ਕੇ ਛੱਡ ਦੇਣਾ, ਫਿਰ ਲੈ ਕੇ ਦਵਾਈ ਲਿਆ ਕੇ ਛੱਡ ਦੇਣਾ ਅਸੀਂ ਮੁੜ ਕੇ। ਗੱਲ ਤਾਂ ਸੁਣੋ, ਆਹ ਪਾਓ ਪਜਾਮਾ, ਪਜਾਮਾ ਪਾਓ, ਏਦਾਂ ਨਾ ਕਰੋ, ਹਨਾ ਪਾਓ ਪਾਓ ਪਜਾਮਾ, ਲਾਓ ਲਾਓ, ਪਹਿਲਾਂ ਲਾਓ ਥੱਲੇ, ਲਾਓ ਲਾਓ ਥੱਲੇ, ਲਾਓ 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 ਕਬਜ਼ਾ ਕੀਤਾ ਗਿਆ। ਅੱਛਾ ਕੀ ਕਹਿੰਦੇ ਸੀ? ਚਲੋ ਕੋਈ ਨੀ, ਪਾਉਂਦੇ ਆ ਪਾਉਂਦੇ ਆ। ਚਲੋ ਬਾਬਾ ਜੀ ਦਾਲ ਲੈ ਆਉਣੀ, ਹੋਰ ਹੋਰ ਲੈ ਆਉਣੀ, ਉਹ ਵੀ ਹੈਗੀ ਰੱਖੋ ਵਿੱਚ ਦਾਲ। ਦਾਲ ਚੱਕ ਲਈਏ ਫਿਰ ਆਪਾਂ, ਹੋਰ ਲੈ ਲੈਣੀ ਦੋੜ, ਹੋਰ ਅਸੀਂ ਢਾਬੇ ਤੋਂ ਲੈ ਲੈਣੀ, ਰਾਸਤੇ ਦੇ ਢਾਬੇ ਤੋਂ ਲਵਾਂਗੇ, ਅਸੀਂ ਢਾਬੇ ਤੋਂ ਲਾਲੀ ਬਾਬੇ ਲਵਾਂਗੇ ਅਸੀਂ। ਹੁਣ ਦਾਲ ਲੰਗਰ ਨਹੀਂ ਬਣਿਆ ਹੈਗਾ, ਨਾ ਪਾ ਦਿਓ ਵਿੱਚ ਸਾਰਾ। ਚਲੋ ਆ ਭਾਜੀ ਲਿਆ, ਭਾਜੀ ਆ ਦਾਲ ਦਾ ਲਿਆਓ, ਭਰ ਕੇ ਬੈਠੋ, ਲਿਆਓ ਦਾਲ ਦਾ ਬਾਕੀ ਹੈਗੀ। ਚਲੋ ਦਵਾਈ ਦਵਾਉਣੀ ਆ ਬਸ, ਹਾਂ ਰੱਖ ਲੈਣੀ ਆ। ਗੱਲ ਤਾਂ ਸੁਣੋ ਤੁਸੀਂ, ਚਲੋ ਚਲੋ ਆ ਜਾਓ, ਚਲੋ ਦੇਖੋ ਤੁਹਾਨੂੰ ਜਾਣਦੇ ਆ, ਲਿਆਓ ਭਾਜੀ ਦਾਲ ਲਿਆਓ, ਫਿਰ ਮੈਂ ਚਾਹ ਪਾਣੀ ਪਿਓਣਾ ਪਿਓ ਦਾ ਕਰਨਲ ਸੀ ਹੈਗੀ ਆ, ਮੈਂ ਚਾਹ ਸਵੇਰੇ ਚਾਹ ਪਿਆਈ ਇਹਦਾ ਪਿਓ ਜੀ, ਇਹਦਾ ਪਿਓ ਦੁਕਾਨ ਸੀ।
ਬਾਬਾ ਜੀ ਆ ਜਾਓ, ਪਤਾ ਕੀ ਚ ਗੱਲ ਕੀ ਆ, ਉਹ ਦਾਲ ਵੀ ਲੈ ਆਉਣੀ ਆ, ਉਹ ਗਏ ਲੈਣ, ਆ ਜਾਓ ਚਲੋ ਬੈਠੋ ਬਾਬਾ ਜੀ। ਤੈਨੂੰ ਮੈਂ ਬਲਜੀਤ ਆ ਜਾਓ ਬਾਬਾ ਜੀ ਆ ਜਾਓ, ਮਾਰ ਲੋ ਇਦਾਂ ਨਾ ਕਰੋ, ਦੇਖੋ ਮੇਰੀ ਗੱਲ ਤੇ ਦਾਲ ਆ ਜਾਂਦੀ ਆ, ਦਾਲ ਆ ਜਾਂਦੀ ਆ ਦਾਲ ਆ ਜਾਂਦੀ ਦਾਲ ਦੇ ਦੋ ਟੁਕੜੇ ਪਾ ਲੋ ਯਾਰ, ਪਾ ਲੋ ਪਾ ਲੋ ਬਹਿ ਜਾ ਮਿਸਤਰੀ, ਬਹਿ ਜਾ ਬੈਠ ਦਾਲ ਹੋਰ ਆ ਜਾਣੀ, ਮੇਰੀ ਗੱਲ ਤਾਂ ਸੁਣੋ, ਦਾਲ ਕੰਬਲ ਪਰੇ ਕਰਦੇ, ਕੰਬਲ ਦਾਲ ਜੂਲ ਤੈਨੂੰ ਸਭ ਕੁਛ ਮਿਲੀ ਜਾਣਾ, ਇੱਥੇ ਦਾਲ ਤੋਂ ਨਾ ਕਰੀ, ਲਾ ਲਾ ਲੋਕ ਲਾ, ਚੱਲ ਵਿੱਚ ਬੈਠੋ ਵਿੱਚ ਬੈਠੋ, ਇੱਕ ਮਿੰਟ ਬੈਠੋ, ਮੈਂ ਇੱਧਰ ਮਾਰੀ ਵੀਰ ਜੀ। ਅੱਛਾ ਮਤਲਬ ਤੁਸੀਂ ਜਾਣਦੇ ਹੀ ਰੋਟੀ ਪਾਣੀ ਤੁਸੀਂ ਦਿੰਦੇ ਹੋ, ਨਹੀਂ ਪਤਾ ਗੱਲ ਹਾਲਾਤ ਬੜੀ ਮਾੜੀ, ਫੋਟੋ ਬੜਾ ਮਨ ਖਰਾਬ ਹੋਇਆ, ਹਾਂਜੀ ਨੰਬਰ ਤੁਹਾਨੂੰ ਉੱਪਰ ਉੱਥੇ ਦੇ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਿਆ ਹਾਲਾਤ ਕਿੱਦਾਂ ਲੈ ਕੇ ਚੱਲੇ ਆ, ਮਤਲਬ ਇੱਕ ਗੁਰਸਿੱਖ ਬਜ਼ੁਰਗ ਹੋਣ ਉਹ ਹਾਲਾਤ 'ਚ ਪਏ ਹੋਵੇ, ਗੁਰੂ ਦੇ ਸਿੰਘ ਨੇ ਇਸ ਵਾਰ ਠੰਡ ਦੇਖੋ ਆ ਬਰਾਂਡੇ ਦੇ ਵਿੱਚ ਪਏ ਸੀ, ਆਹ ਹਾਲਾਤ ਦੇਖੋ, ਕਿਉਂਕਿ ਇੱਕ ਦਵਾਈ ਦੀ ਲੋੜ ਸੀ, ਦਵਾਈ ਦੀ ਦਵਾਈ ਕਿਸੇ ਨੇ ਜ਼ਿੰਮੇਵਾਰੀ ਨਹੀਂ ਸਮਝਦੇ, ਦੇਖੋ ਸਾਡੀ ਕਿੱਦਾਂ ਦੀ ਸੰਸਥਾ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜ਼ਿੰਮੇਵਾਰੀ ਸਮਝਣੀ ਫਰਜ਼ ਆ, ਵੀਰ ਜੀ ਫਰਜ਼ ਆ ਜ਼ਿੰਮੇਵਾਰੀ ਸਮਝ ਸਕਦੇ ਆ, ਜਿਹੜਾ ਇੱਥੇ ਦਵਾਈ ਵੀ ਦਵਾਈ ਲੈ ਦਵਾਈ ਜਾ ਸਕਦੀ, ਕੋਈ ਵੱਡੀ ਗੱਲ ਨਹੀਂ ਹੈਗੀ, ਇੱਦਾਂ ਹੀ ਲਵਾਰਸਾ ਨਾਥਾਂ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲ ਵੱਲੋਂ ਕੀਤੀ ਜਾਂਦੀ ਆ, ਕਿਤੇ ਵੀ ਲਵਾਰਸਨਾਥ ਬਜ਼ੁਰਗ ਵੀਰ ਕੋਈ ਇੱਦਾਂ ਦਾ ਹੋਵੇ, ਇੱਦਾਂ ਦੀ ਠੰਡ ਦੇ ਵਿੱਚ ਵੀਰੋ ਰਾਤ ਨਾ ਕਟਾਓ ਕਿਸੇ ਤੋਂ ਵੀ, ਕਿਤੇ ਦੇਖ ਕੇ ਅਣਗੌਲਿਆ ਨਾ ਕਰੋ, ਕਿਤੇ ਵੀ ਤੁਹਾਨੂੰ ਕੋਈ ਇਹੋ ਜਿਹੇ ਰਾਤ ਨੂੰ ਮਿਲੇ ਤਾਂ ਸਾਨੂੰ ਜ਼ਰੂਰ ਸੰਪਰਕ ਕਰੋ, ਸਾਡਾ ਨੰਬਰ ਆ 9417-60-895 ਆ ਲਿਖੇ ਪਏ ਆ, ਕਿਉਂਕਿ ਇੱਦਾਂ ਦੀ ਠੰਡ ਦੇ ਵਿੱਚ ਰਾਤ ਕੱਟਣੀ ਬੜੀ ਔਖੀ ਆ,
ਬੇਨਤੀ ਆ ਸਾਰੇ ਵੀਰਾਂ ਨੂੰ ਵੀ ਇੱਦਾਂ ਦੀ ਠੰਡ ਦੇ ਵਿੱਚ ਰਾਤ ਨਾ ਕਿਸੇ ਨੂੰ ਕਟਾਓ, ਕਿਉਂਕਿ ਪੈਰ ਸੁੰਨ ਹੋ ਰਿਹਾ, ਦੇਖੋ ਠੰਡ ਧੁੰਦ ਕਿੱਦਾਂ ਦੀ ਹੈ ਨਾ। ਅਤੇ ਗੋਰਾਸਰਾ ਸੇਵਾ ਘਰ ਪਿੰਡ ਬਾਘਾ ਦੇ ਵਿੱਚ ਚਲਾਇਆ ਜਾ, ਜਿੱਥੇ ਲਵਾਰਸਨਾਥ 103 ਦੇ ਲਗਭਗ ਲਵਾਰਸਨਾਥ ਹੋ ਚੁੱਕਿਆ, ਉੱਥੇ ਦੇਖਭਾਲ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਸਾਡਾ ਨੰਬਰ ਹੈ 94 172 60 895। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ